ਸ਼ਾਈ ਟਾਈਮਸ ਸਭ ਦਾ ਸਵਾਗਤ ਹੈ। ਹਰਿਆਣਾ ਵਿਧਾਨ ਸਭਾ ਦੇ ਲਈ ਨਵੀਂ ਬਿਲਡਿੰਗ ਹੈ ਉਹ ਬਣਨ ਦੇ ਲਈ ਯੂਨੀਅਨ ਹੋਮ ਮਿਨਿਸਟਰ ਨੇ ਜਿਹੜਾ ਹੈਗਾ ਅਪਰੂਵਲ ਦੇ ਦਿੱਤੀ ਹੈ। ਨਵੀਂ ਜਿਹੜੀ ਹੈ ਵਿਧਾਨ ਸਭਾ ਹੋਣ ਜਾ ਰਹੀ ਹੈ ਹਰਿਆਣੇ ਦੀ, ਅਤੇ ਇਸ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਉਹਨਾਂ ਨੇ ਵੀ ਮੰਗ ਕੀਤੀ ਕਿ ਪੰਜਾਬ ਲਈ ਵੀ ਵੱਖਰੀ ਵਿਧਾਨ ਸਭਾ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ, ਅਤੇ ਇਹਦੇ ਲਈ ਵੀ ਜਿਹੜੀ ਸੈਂਟਰ ਹੈ ਚੰਡੀਗੜ੍ਹ ਦੇ ਵਿੱਚ ਜ਼ਮੀਨ ਦੇਵੇ। ਕਾਂਗਰਸ ਇਸ 'ਤੇ ਕਿਵੇਂ ਇਸ ਨੂੰ ਦੇਖਦੀ ਹੈ, ਗੱਲਬਾਤ ਕਰ ਲੈਂਦੇ। ਸਾਡੇ ਨਾਲ ਕਾਂਗਰਸ ਦੇ ਲੀਡਰ ਸੁਖਜਿੰਦਰ ਸਿੰਘ ਰੰਧਾਵਾ ਨੇ, ਡੇਰਾ ਬਾਬਾ ਨਾਨਕ ਤੋਂ ਵਿਧਾਇਕ ਨੇ। ਰੰਧਾਵਾ ਸਾਹਿਬ ਸਵਾਗਤ ਹੈ ਜੀ ਪਹਿਲਾਂ ਤਾਂ ਬਾਬੂਸ਼ਾਹੀ 'ਤੇ। ਮਿਹਰਬਾਨੀ ਜੀ। ਕਿਵੇਂ ਦੇਖਦੇ ਹੋ ਤੁਸੀਂ ਜਿਹੜਾ ਮੁੱਖ ਮੰਤਰੀ ਨੇ ਕਿਹਾ ਵੀ ਹੁਣ ਹਰਿਆਣੇ ਨੂੰ ਦੇ ਰਹੇ ਹੋ ਤਾਂ ਸਾਨੂੰ ਵੀ ਵੱਖਰੀ ਦਿਓ ਵਿਧਾਨ ਸਭਾ? ਦੇਖੋ ਜਿਹੜੇ ਇਸ ਪੰਜਾਬੀ ਸੂਬੇ ਤੋਂ ਕਈ ਕੁਰਬਾਨੀਆਂ ਹੋਈਆਂ ਤੇ ਕਈ ਸਾਲ ਜੇਲ੍ਹਾਂ ਭਰਦੇ ਰਹੇ ਪੰਜਾਬੀ ਜੀ, ਔਰ ਜਿਹੜਾ ਚੰਡੀਗੜ੍ਹ ਸੀ ਇਹ ਪੰਜਾਬ ਦੀ ਜਿਹੜੀ ਪਿੰਡ ਸੀ ਉਜਾੜ ਕੇ ਉਹਨਾਂ ਨੂੰ ਬਣਾਇਆ ਗਿਆ ਖਰੜ ਤਹਿਸੀਲ ਦੇ ਤੇ ਹੋਰ। ਅੱਜ ਤੱਕ ਤੇ ਅਸੀਂ ਇਹ ਨਾਰਾ ਲਾਉਂਦੇ ਰਹੇ ਹਾਂ ਕਿ ਚੰਡੀਗੜ੍ਹ ਪੰਜਾਬ ਦਾ। ਮੁੱਖ ਮੰਤਰੀ ਸਾਹਿਬ ਤੁਹਾਨੂੰ ਮੇਰੇ ਖਿਆਲ ਹੋਣਾ ਜਦੋਂ ਵਿਧਾਨ ਸਭਾ ਚ ਬੈਠੇ ਸੀ ਤੇ ਇਹਨਾਂ ਕਹੀ ਕਿ ਚੰਡੀਗੜ੍ਹ ਜਿਹੜਾ ਸਾਡਾ ਪੰਜਾਬ ਦਾ, ਤੇ ਮੇਰਾ ਖਿਆਲ ਹੈ ਕਿ ਜਾਂ ਤੇ ਇਹਨਾਂ ਨੂੰ ਯਾਦ ਭੁੱਲ ਜਾਂਦਾ ਮੁੱਖ ਮੰਤਰੀ ਸਾਹਿਬ ਨੂੰ ਕਿ ਕੀ ਗੱਲ ਕਰਦੇ, ਤੇ ਸਵੇਰ ਵੇਲੇ ਕੋਈ ਹੋਰ ਹੀ ਗੱਲ ਕਰ ਜਾਂਦੇ ਨੇ ਕਿ ਜਿਹੜੀ ਚੀਜ਼ ਹੀ ਪੰਜਾਬ ਦੀ ਆ, ਜਿਹੜਾ ਬਣਿਆ ਹੀ ਪੰਜਾਬ ਲਈ ਚੰਡੀਗੜ੍ਹ, ਅਸੀਂ ਇਹ ਕਹਿ ਕੇ ਵਿਧਾਨ ਸਭਾ ਵੱਖਰੀ ਬਣਾ ਦੋ, ਇੱਕ ਆਪਣੀ ਹੈਰੀਟੇਜ ਨੂੰ ਛੱਡ ਰਹੇ ਹਾਂ ਜਿਹਦੇ ਨਾਲ ਸਾਡੀਆਂ ਯਾਦਾਂ ਜੁੜੀਆਂ ਨੇ, ਜਿਹਦੇ ਨਾਲ ਸਾਡੇ ਲੀਡਰ ਜਿਹੜੇ ਪੀੜੇ ਇੰਨੇ ਪੁਰਾਣੇ ਜਿਹੜੇ ਸੀ ਉਹ ਇੱਥੇ ਬੈਠਦੇ ਰਹੇ ਨੇ, ਕੀ ਅਸੀਂ ਆਪਣੀ ਹਿਸਟਰੀ ਨੂੰ ਖਤਮ ਕਰਨਾ ਚਾਹੁੰਦੇ ਹਾਂ, ਅਸੀਂ ਆਪਣਾ ਕਲੇਮ ਖਤਮ ਕਰਨਾ ਚਾਹੁੰਦੇ ਹਾਂ ਇਹਨਾਂ ਦੀ ਸਟੇਟਮੈਂਟ ਤੋਂ ਬਾਅਦ, ਕੀ ਸੋਚਿਆ ਜਾ ਸਕਦਾ ਕੱਲ ਨੂੰ ਇਹ ਕਹਿ ਦੇਣਗੇ ਸਾਨੂੰ ਚੰਡੀਗੜ੍ਹ ਰਾਜਧਾਨੀ ਸਾਨੂੰ ਬਣਾਉਣ ਲਈ ਪੈਸਾ ਦੇ ਦਿਓ। ਤੋ ਇਸ ਕਰਕੇ ਜਿਹੜੇ ਇਹਨਾਂ ਦੇ ਐਡਵਾਈਜ਼ਰ ਨੇ ਜਾਂ ਇਹਨਾਂ ਦੇ ਚੀਫ ਸੈਕਟਰੀ ਜਾਂ ਇਹਨਾਂ ਦੇ ਬਿਊਰੋਕਰੇਟਸ ਨੇ, ਉਹਨਾਂ ਨੂੰ ਵੀ ਥੋੜਾ ਜਿਹਾ ਅੱਖਾਂ ਤੇ ਕੰਨ ਖੋਲ ਕੇ ਰੱਖਣੇ ਪੈਣਗੇ ਕਿ ਸੀਐਮ ਜੋ ਬੋਲਦਾ ਉਹ ਪੰਜਾਬ ਦੀ ਆਵਾਮ ਬੋਲਦਾ ਉਹਦੇ ਵਿੱਚ। ਇਸ ਕਰਕੇ ਇਹੋ ਜਿਹੇ ਸਟੇਟਮੈਂਟਸ ਦੇ ਕੇ ਪੰਜਾਬ ਦਾ ਕੇਸ ਜਾਂ ਪੰਜਾਬ ਦੀ ਇੰਟੈਗ੍ਰਿਟੀ ਦੇ ਬਾਰੇ ਇਹ ਇਹਨਾਂ ਨੂੰ ਪਹਿਲਾਂ ਮੁੱਖ ਮੰਤਰੀ ਸਾਹਿਬ ਨੂੰ ਸੋਚਣਾ ਜੀ, ਪਤਾ ਨਹੀਂ ਕਿਸ ਲੈ ਦੇ ਵਿੱਚ ਗੱਲ ਕਰ ਜਾਂਦੇ ਨੇ ਔਰ ਬਾਅਦ ਚ ਉਸੇ ਕੇਸ ਨੂੰ ਆਪ ਵਾਪਸ ਲੈਂਦੇ ਨੇ। ਆਪ ਹੀ ਹੁਣ ਤੁਸੀਂ ਦੇਖੋ ਨਾ, ਮੱਤੇਵਾੜਾ ਆਪ ਹੀ ਉੱਥੇ ਧਰਨੇ ਦਿੰਦੇ ਰਹੇ, ਆਪ ਹੀ ਵਿਧਾਨ ਸਭਾ ਚ ਪਾਸ ਕਰਾਉਂਦੇ, ਕੋਈ ਸਮਝ ਹੀ ਨਹੀਂ ਲੱਗਦੀ ਕਿ ਕਿਸ ਪਾਸੇ ਕੇਸ ਜਾ ਰਹੇ। ਆਪ ਹੀ ਸਿਕਿਉਰਿਟੀ ਵਾਪਸ ਲੈਂਦੇ ਰਹੇ ਨੇ, ਆਪ ਹੀ ਸਿਕਿਉਰਿਟੀ ਫਿਰ ਵਾਪਸ ਦੇ ਦਿੰਦੇ ਨੇ। ਤੋ ਇਸ ਕਰਕੇ ਪੰਜਾਬ ਕੋਈ ਸਮਝ ਨਹੀਂ ਆ ਰਹੀ, ਏਡੀ ਸੈਂਸਿਟਿਵ ਸਟੇਟ ਆ ਔਰ ਪਾਕਿਸਤਾਨ ਜਾਂ ਹੋਰ ਕੋਈ ਜਿਹੜੀ ਕੰਟਰੀ ਜਦੋਂ ਬਾਰਡਰ ਦੇ ਨੇੜੇ ਲੱਗਦੇ ਨੇ, ਤੁਸੀਂ ਡੇਰਾ ਬਾਬਾ ਨਾਨਕ ਐਮਐਲਏ ਕਿਹਾ ਵੀ ਯਾਰ ਵਾਕਈ ਬੜੀ ਸੋਚਣ ਵਾਲੀ ਗੱਲ ਆ ਕਿ ਜਿੱਦਾਂ ਬੰਦੇ ਫੜੇ ਜਾ ਰਹੇ ਨੇ, ਕਿੰਨੇ ਵੈਪਨਸ ਫੜੇ ਜਾ ਰਹੇ ਨੇ, ਕੋਈ ਧਿਆਨ ਨਹੀਂ ਦੇ ਰਹੇ, ਕੋਈ ਨਸ਼ਿਆਂ ਵੱਲ ਧਿਆਨ ਨਹੀਂ, ਠੀਕ ਨੀ, ਸਿਰਫ ਜੁਮਲੇਬਾਜ਼ੀ ਵੱਲ ਧਿਆਨ ਹੈ। ਤੇ ਮੇਰਾ ਖਿਆਲ ਹੈ ਕਿ ਪੰਜਾਬ ਕਿਤੇ ਕੋਈ ਵੱਡੀ ਕੀਮਤ ਨਾ ਚੁਕਾਉਣੀ ਪੈ ਜਾਵੇ। ਰੰਧਾਵਾ ਸਾਹਿਬ ਉਹਨਾਂ ਨੇ ਤਾਂ ਇਹ ਵੀ ਕਿਹਾ ਵੀ ਜਿਹੜਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਹੈ, ਇਹਨਾਂ ਦੋਵਾਂ ਦੀ ਸੂਬਿਆਂ ਦੀ ਹਾਈ ਕੋਰਟ ਨੂੰ ਵੀ ਵਾਕ ਕੀਤਾ ਜਾਵੇ, ਇਹਦੇ ਲਈ ਵੀ ਉਹ ਤਾਂ ਮੰਗ ਰਹੇ ਨੇ ਵੀ ਜ਼ਮੀਨ ਦੇ ਦਿਓ ਅਲੱਗ ਚੰਡੀਗੜ੍ਹ ਦੇ ਵਿੱਚ। ਮੇਰੀ ਗੱਲ ਸੁਣੋ ਜੀ, ਸਾਡਾ ਚੰਡੀਗੜ੍ਹ ਦੇ ਉੱਤੇ ਕਲੇਮ ਹੈ, ਸਾਨੂੰ ਕਹਿਣਾ ਚਾਹੀਦਾ ਕਿ ਚੰਡੀਗੜ੍ਹ ਸਾਡਾ ਜੀ, ਜੋ ਮਰਜ਼ੀ ਕੋਈ ਬਣਾ ਕੇ ਲੈ ਜਾਏ ਸਾਨੂੰ ਕੋਈ ਨੀ, ਠੀਕ ਨੀ। ਔਰ ਜਿਹੜੀ ਜਿਹੜੀ ਬਿਲਡਿੰਗ ਨੇ, ਜਿਹੜੀ ਹੈਰੀਟੇਜ ਬਿਲਡਿੰਗ ਨੇ, ਇਹਨਾਂ ਨੂੰ ਸਹੀ ਕਦੀ ਵੀ ਕਿਸੇ ਕੀਮਤ ਤੇ ਨਹੀਂ ਜਾਣ ਦਾਂਗੇ। ਕਈ ਭਗਵੰਤ ਮਾਨ ਆਉਣੇ, ਕਈ ਸੁਖਜਿੰਦਰ ਸਿੰਘ ਰੰਧਾਵੇ ਆਉਣੇ, ਕਈ ਜਾਣੇ, ਇਹ ਪੰਜਾਬ ਇੱਥੇ ਰਹਿਣਾ ਤੇ ਚੰਡੀਗੜ੍ਹ ਪੰਜਾਬ ਦਾ ਹੀ ਰਹਿਣਾ ਜੀ। ਇੱਕ ਤੁਸੀਂ ਗੱਲ ਕੀਤੀ ਜੀ ਮੱਤੇਵਾੜਾ ਜੰਗਲ ਦਾ ਜਿਹੜਾ ਇਸ਼ੂ ਹੈ, ਬੜਾ ਬਰਨਿੰਗ ਇਸ਼ੂ ਹੈ ਇਸ ਵੇਲੇ, ਤੁਹਾਡੀ ਕਾਂਗਰਸ 'ਤੇ ਬਲੇਮ ਲੱਗਦੇ ਵੀ ਉਸ ਵੇਲੇ ਤੁਸੀਂ ਤੁਹਾਡੀ ਸਰਕਾਰ ਸੀ ਉਦੋਂ ਟੈਕਸਟਾਈਲ ਪਾਰਕ ਬਣਾਉਂਦੀ ਸਰਕਾਰ ਨੂੰ, ਇੱਕ ਸਿੱਧੂ ਸਾਹਿਬ ਜੀ ਵਿਧਾਨ ਸਭਾ 'ਚ ਵੀ ਬੋਲਦੇ, ਹਰ ਸਾਲ ਹਰ ਗੱਲ ਪਿਛਲੀ ਸਰਕਾਰ 'ਤੇ ਕਰ ਜਾਣਾ। ਮੇਰਾ ਖਿਆਲ ਹੈ ਕਿ ਇਹਨਾਂ 'ਚ ਆਪਣੇ 'ਚ ਕੈਪੇਬਿਲਿਟੀ ਹੈ ਨਾ, ਆਪਣੇ 'ਤੇ ਵੀ ਕੋਈ ਜ਼ਿੰਮੇਵਾਰੀ ਲੈਣ ਦੀ, ਪਿਛਲੀ ਸਰਕਾਰ ਕਰਕੇ ਉਹਨੂੰ ਅਨਡੂ ਕਰਨਾ ਚਾਹੀਦਾ। ਪਬਲਿਕ ਵੱਲ ਵੇਖਣਾ ਕਿ ਇਹ ਐਕਸਕਿਊਜ਼ ਦੇ ਦੇਣਾ ਕਿ ਪਿਛਲੀ ਸਰਕਾਰ ਕਰਕੇ ਗਈ ਇਸ ਕਰਕੇ ਅਸੀਂ ਨੀ ਕਰਨਾ, ਬਾਕੀ ਪਿਛਲੀ ਸਰਕਾਰਾਂ ਦੇ ਕੰਮ ਸਾਰੇ ਅਨਡੂ ਕਰਦੇ ਨੇ, ਤੇ ਇਹਨਾਂ ਚੀਜ਼ਾਂ 'ਚ ਕਿਉਂ ਨੀ ਕਰਦੇ? ਇਹ ਕਿਉਂ ਕਹਿੰਦੇ ਨੇ ਕਿ ਪਿਛਲੀ ਸਰਕਾਰ ਕਰ ਗਈ ਆ, ਇਹਦਾ ਮਤਲਬ ਆਪਣੀ ਜ਼ਿੰਮੇਵਾਰੀ ਤੋਂ ਦੌੜ ਰਹੇ ਨੇ। ਇੱਕ ਤੁਸੀਂ ਨਸ਼ਿਆਂ ਦੀ ਗੱਲ ਕੀਤੀ ਹੈ ਜੀ, ਜਿਹੜਾ ਕੱਲ੍ਹ ਇਹਨਾਂ ਨੇ
ਐਂਟੀ ਡਰੱਗ ਕੈਂਪੇਨ ਚਲਾਇਆ ਪੰਜਾਬ ਪੁਲਿਸ ਵੱਲੋਂ ਬੜੇ ਵੱਡੇ ਪੱਧਰ 'ਤੇ, ਅਤੇ ਲੱਗਦਾ ਵੀ ਇਸ ਤਰੀਕੇ ਦੇ ਜਿਹੜੇ ਮੂਵ ਨੇ ਇਹਨਾਂ ਦੇ ਨਾਲ ਠੱਲ ਪਊਗੀ? ਐਡੀ ਵੱਡੀ ਹੋਈ ਹੈ ਐਂਟੀ ਡਰਾਈਵ ਹੋਈ ਹੈ, ਤੇ ਉਹਦੇ 'ਚ ਰਿਕਵਰੀ ਕੀ ਹੋਈ ਹੈ? ਉਹ ਚੀਜ਼ ਤਾਂ ਉਹ ਦੇਖਣੀ ਹੈ ਕਿ ਉਹਦੇ ਆਊਟਪੁੱਟ ਕੀ ਨਿਕਲਿਆ, ਆਊਟਪੁੱਟ ਕੀ? ਜੀ ਹਾਂ, ਉਹ ਤਾਂ ਦੱਸੋ ਨਾ ਕਿ ਤੁਹਾਨੂੰ ਪਤਾ ਹੋਣਾ, ਇਹਨਾਂ ਦਿੱਤੀ ਹੋਣੀ ਕੋਈ ਪ੍ਰੈਸ ਨੋਟ ਭੇਜਿਆ ਹੋਣਾ ਕਿ ਇੰਨਾ ਆਊਟਪੁੱਟ ਕੱਢਿਆ। ਇਹਦਾ ਮਤਲਬ ਇੱਕ ਦਿਨ ਕਰਕੇ ਬਾਅਦ 'ਚ ਖੁੱਲ੍ਹੀ ਛੁੱਟੀ ਦੇ ਦਾਂਗੇ ਆਪਾਂ ਨਸ਼ਿਆਂ ਨੂੰ। ਤੁਸੀਂ ਜਦੋਂ ਪਿੰਡਾਂ 'ਚ ਘੁੰਮਦੇ ਹੋ, ਮੈਂ ਤੁਹਾਡੇ ਚੈਨਲ 'ਤੇ ਕਹਿੰਦਾ ਪਹਿਲੇ ਨਾਲੋਂ ਨਸ਼ਾ ਪੰਜਾਬ 'ਚ ਵਧਿਆ। ਜਿੰਨੀ ਦੇਰ ਵੇਖੋ ਸਾਡੀ ਗਵਰਨਮੈਂਟ ਵਾਲੇ ਵੀ ਐਸ ਟੀ ਐਫ 'ਚ ਹਰਪ੍ਰੀਤ ਸਿੱਧੂ ਰੌਲੀ ਪਾਉਂਦਾ ਰਹਿ ਕੇ ਮੈਨੂੰ ਸਟਾਫ ਦਿਓ, ਉਦੋਂ ਨਹੀਂ ਮਿਲਿਆ, ਹੁਣ ਨਹੀਂ ਮਿਲਿਆ, ਅੱਗੇ ਨਹੀਂ ਮਿਲਣਾ। ਇੱਦਾਂ ਫਿਰ ਅਸੀਂ ਐਂਟੀ ਇੱਕ ਦਿਨ ਪੁਲਿਸ ਭੇਜ ਦੇ ਦਿਓ ਤੁਸੀਂ 400 ਬੰਦਾ, ਉਹਦੇ ਬਾਅਦ ਕੀ ਹੈ ਜੀ ਸ਼ਾਮ ਨੂੰ ਫਿਰ ਉਹ ਨਸ਼ੇ ਉਦਾਂ ਦੀ ਉਦਾਂ ਦੁਕਾਨਾਂ ਫਿਰ ਸ਼ਾਮ ਨੂੰ ਖੁੱਲੀਆਂ। ਹੁਣ ਜਦੋਂ 400 ਬੰਦਾ ਜਾਂਦਾ, ਇੰਨੀ ਫੌਜ ਜਦੋਂ ਭੇਜ ਦਿਓ ਤਾਂ ਦੂਰੋਂ ਨਹੀਂ ਦੇਖਦੀਆਂ ਗੱਡੀਆਂ ਆ ਗਈਆਂ, ਉਹ ਤਾਂ 5 ਮਿੰਟਾਂ 'ਚ ਸਭ ਕੁਛ ਸਾਂਭ ਲੈਣਗੇ ਜੀ। ਇੱਕ ਰੰਧਾਵਾ ਸਾਹਿਬ, ਜਿਹੜਾ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਵੀ ਉੱਠਿਆ ਸੀਗਾ ਇਸ ਵਾਰ ਸੈਸ਼ਨ ਦੇ ਵਿੱਚ ਵੀ ਬੇਅਦਬੀ ਦੇ ਮੁੱਦੇ 'ਤੇ ਜਿਹੜੀ ਹੈ ਇੱਕ ਡਿਸਕਸ਼ਨ ਹੋਣੀ ਚਾਹੀਦੀ ਹੈ, ਉਹ ਟਾਈਮ ਨਹੀਂ ਦਿੱਤਾ ਗਿਆ ਉਹਨੂੰ ਲੈ ਕੇ ਹੁਣ? ਸਿੱਧੂ ਸਾਹਿਬ ਸਭ ਤੋਂ ਮੇਨ ਗੱਲ ਇਹ ਆ, ਬਿਲਕੁਲ ਜੋ ਕੁੰਵਰ ਅਜੇ ਪ੍ਰਤਾਪ ਨੇ ਕਿਹਾ ਠੀਕ ਆ, ਕਿ ਇਹ ਇਹੋ ਜਿਹਾ ਕੇਸ ਕਰ ਦਿੱਤਾ ਕਿ ਇਹ ਮੇਰਾ ਖਿਆਲ ਕਦੀ ਵੀ ਇਨਸਾਫ ਨਹੀਂ ਮਿਲਦਾ। ਸਾਡੇ ਟਾਈਮ ਦੇ ਵਿੱਚ, ਮੇਰੇ ਟਾਈਮ 'ਚ ਪਹਿਲੋਂ ਕੈਪਟਨ ਸਾਹਿਬ ਨੂੰ, ਤੁਹਾਨੂੰ ਸਾਰਿਆਂ ਨੂੰ ਪਤਾ ਕਿਵੇਂ ਲੜਾਈਆਂ ਮੇਰੀਆਂ ਚੱਲਦੀਆਂ ਰਹੀਆਂ, ਬਿਲਕੁਲ ਜੀ ਹਾਂਜੀ, ਤੇ ਕਿਸੇ ਨੇ ਸੁਣੀ ਸਵੇਰ ਸਨੇਰੀਆ ਜੇਲ੍ਹ 'ਚ ਮੈਂ ਹੀ ਭੇਜਿਆ। ਇਹਦੇ 'ਚ ਗੱਲ ਇਹ ਕਰਨ ਵਾਲੀ ਆ, ਔਰ ਜਿਹੜੀ ਜਿਹੜੀ ਐਸ ਆਈ ਟੀ ਆ ਜੀ, ਉਹ ਵੀ ਸ਼ੱਕ ਦੇ ਘੇਰੇ 'ਚ ਆ ਗਈ ਸੀ। ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ, ਉਸ ਟਾਈਮ ਮੈਂ ਹੋਮ ਮਿਨਿਸਟਰ ਸੀ, ਠੀਕ ਹੈ ਜੀ, ਮੈਂ ਜ਼ਿੰਮੇਵਾਰੀ ਨਾਲ ਕਹਿ ਰਿਹਾ। ਕਿਉਂ ਕਿਉਂ ਲੱਗਦਾ ਰੰਧਾਵਾ ਸਾਹਿਬ ਤੁਹਾਨੂੰ ਵੀ? ਜਿਹੜੇ ਉਸ ਵੇਲੇ ਦੇ ਆਫਿਸਰ ਨੇ ਉਹਨਾਂ ਨੂੰ ਵੀ ਪਤਾ ਕਿ ਜੋ ਸ਼ੱਕ ਦੇ ਘੇਰੇ 'ਚ ਸੀਗੇ। ਵੇਖੋ ਗੱਲ ਸੁਣ, ਜੇ ਆਪਾਂ ਸਾਰੀ ਉਮਰ ਰੌਲੀ ਪਾਉਂਦੇ ਰਹੇ ਕਿ ਇਹਦੇ ਪਿੱਛੇ ਪੋਲੀਟੀਕਲ ਬੈਕਗਰਾਉਂਡ ਕੀ ਸੀ, ਆਪਾਂ ਅਜੇ ਤੱਕ ਉਸ ਗੋਲ ਤੱਕ ਨਹੀਂ ਪਹੁੰਚਾਂਗੇ। ਇਹਦਾ ਮਤਲਬ ਭਗਵੰਤ ਮਾਨ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਜਿੰਨਾ ਬਾਰੇ ਬੋਲਦੇ ਰਹੇ ਨੇ ਜਾਂ ਸਾਰੇ ਗੱਲਾਂ ਕਰਦੇ ਰਹੇ ਨੇ, ਉਹਦੇ 'ਚ ਕੁੰਵਰ ਅਜੇ ਪ੍ਰਤਾਪ ਕਹਿੰਦਾ ਰਹਿ ਕੇ ਇੱਕ ਪਰਿਵਾਰ ਦੀ ਵਿੱਚ ਹੈਗੀ, ਉਹਨੂੰ ਵੀ ਅਸੈਂਬਲੀ 'ਚ ਵੇਚਿਆ ਉਹਨੇ, ਤੇ ਫਿਰ ਉਹਦੇ 'ਤੇ ਕਿਉਂ ਨਹੀਂ ਪਹੁੰਚ ਰਹੇ? ਜਿਹੜੀ ਇਹਨਾਂ ਨੇ ਰਿਪੋਰਟ ਦਿੱਤੀ ਜਨਤਕ ਕੀਤੀ ਹੈ, ਉਹ ਤੇ ਲੱਗਦਾ ਵੀ ਤੁਹਾਨੂੰ 'ਚ ਕੋਈ ਗੱਲਬਾਤ ਹੈ? ਜਨਤਕ ਕੀਤੀ ਆ, ਉਹ ਕਿਹੜੇ ਬਾਬੇ ਨੇ, ਕੌਣ ਨੇ? ਤੁਹਾਨੂੰ ਵੀ ਸੰਤ ਸਮਾਜ ਪਤਾ ਕੌਣ ਹੈ, ਕਿਹਨੂੰ ਦੇਣੀ ਚਾਹੀਦੀ ਸੀ ਰਿਪੋਰਟ, ਕਿਹਨੂੰ ਦੇ ਦਿੱਤੀ ਭਗਵੰਤ ਮਾਨ ਹੋਣਾ ਨੇ? ਮੈਂ ਤੇ ਉਹਨਾਂ 'ਚ ਜਿੰਨੀ ਕੁ ਫੋਟੋ ਹੋ ਗਿਆ, ਮੈਂ ਤੇ ਕਿਸੇ ਨੂੰ ਜਾਣਦਾ ਨੀ। ਤੇ ਹੁਣ ਤੁਹਾਨੂੰ ਕੀ ਲੱਗਦਾ ਵੀ ਇਹਦਾ ਨਿਬੇੜਾ ਕਿਵੇਂ ਹੋਣਾ ਚਾਹੀਦਾ, ਕਿਉਂਕਿ ਤੁਸੀਂ ਟੈਕਲ ਕੀਤਾ ਹੋਮ ਡਿਪਾਰਟਮੈਂਟ? ਗੱਲ ਤੇ ਪਹਿਲਾਂ ਭਗਵੰਤ ਮਾਨ ਇਹ ਦੱਸੇ ਕਿ ਪ੍ਰਕਾਸ਼ ਸਿੰਘ ਬਾਦਲ ਦੀ ਫੈਮਿਲੀ ਜਾਂ ਉਹਨਾਂ ਦੇ ਟਾਈਮ ਵੇਲੇ ਦੇ ਉਹਨਾਂ ਨੂੰ ਐਗਜ਼ੋਨੋਰੇਟ ਕਰ ਦਿੱਤਾ, ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਆ। ਇਹਦਾ ਜਿਹੜਾ ਚਲਾਨ ਹੈ, ਲਾਸਟ ਚਲਾਨ ਹੈ ਕਿ ਕੋਈ ਸਪਲੀਮੈਂਟਰੀ ਚਲਾਨ ਵੀ ਦੇ ਰਹੇ ਨੇ, ਪਹਿਲਾਂ ਤਾਂ ਇਹ ਕਲੀਅਰ ਕਰ ਦਿੱਤਾ। ਜਿਹੜੀ ਐਸ ਆਈ ਟੀ ਜਿਹੜੀ ਬਣਾਈ ਸੀ ਉਹ ਖਤਮ ਕਰ ਦਿੱਤੀ ਗਈ ਆ, ਕਿ ਅਜੇ ਵੀ ਸਟਿਲ ਕੰਟੀਨਿਊ ਕਰ ਰਹੀ ਆ। ਇੱਕ ਰੰਧਾਵਾ ਸਾਹਿਬ, ਜਿਹੜੀ ਐਡਵਾਈਜ਼ਰੀ ਕਮੇਟੀ ਬਣਾਉਣ ਦੀ ਗੱਲ ਹੋ ਰਹੀ ਹੈ ਪਬਲਿਕ ਐਡਮਿਨਿਸਟ੍ਰੇਸ਼ਨ ਲਈ, ਉਹਨੂੰ ਕਿਵੇਂ, ਉਹ 'ਚ ਗੱਲਾਂ ਚੱਲ ਰਹੀਆਂ ਵੀ ਰਾਘਵ ਚੱਡਾ ਨੂੰ? ਮੇਰਾ ਅਨਕੰਸਟੀਟਿਊਸ਼ਨਲ ਗੱਲ ਹੋਈ, ਫਿਰ ਇਹਦਾ ਮਤਲਬ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਸ ਕਮੇਟੀ ਨੂੰ ਇਹ ਆਨਸਰੇਬਲ ਹੋਏਗੀ ਕਿ ਜਿਹੜੀ ਕੈਬਨਿਟ ਹੈ ਉਹਨੂੰ ਹੋਏਗੀ? ਇਹ ਕਮੇਟੀ ਪਹਿਲੇ ਕਲੈਰੀਫਾਈ ਕਰਨ ਕਿ ਜਿਹੜੀ ਕਮੇਟੀ ਬਣਨੀ ਆ ਉਹ ਅਬਾਵ ਕੈਬਨਿਟ ਹੋਏਗੀ ਕਿ ਉਹਦਾ ਰੋਲ ਕੀ ਹੋਏਗਾ? ਉਹ ਤੋਂ ਨੋਟੀਫਿਕੇਸ਼ਨ ਪੜੀ ਗਈ ਯਾਰ, ਪਤਾ ਨਹੀਂ ਕੀ ਪਛਕਾਨਾ ਵਾਲੀ ਗੱਲਾਂ ਕਰੀ ਜਾਂਦੇ ਆ, ਨੁਕਸਾਨ ਹੋਏਗਾ ਪੰਜਾਬ ਦਾ। ਚਲੋ ਆਖਰੀ 'ਚ ਮੈਂ ਫਿਰ ਜਿੱਥੋਂ ਆਪਾਂ ਸ਼ੁਰੂ ਕੀਤੀ ਸੀ, ਜਿਹੜੀ ਹੁਣ ਇਹ ਕਹਿ ਰਹੇ ਨੇ ਵੀ ਪੰਜਾਬ ਨੂੰ ਵਿਧਾਨ ਸਭਾ ਵੱਖਰੀ ਦਿੱਤੀ ਜਾਵੇ, ਹਾਈ ਕੋਰਟ ਵੀ ਵੱਖ ਵੱਖ ਕੀਤਾ ਜਾਵੇ, ਜੇ ਜੇ ਇਸ ਤਰੀਕੇ ਨਾਲ ਹੁੰਦਾ ਤਾਂ ਕੀ ਕਿਵੇਂ ਦੇਖਦੇ ਹੋ ਤੁਸੀਂ ਵੀ ਜਿਹੜੇ ਕੀ ਹੋਏਗਾ ਪੰਜਾਬ? ਇਹਦਾ ਮਤਲਬ ਕਿ ਅਸੀਂ ਚੰਡੀਗੜ੍ਹ ਤੋਂ ਆਪਣਾ ਕਲੇਮ ਛੱਡ ਦਿੱਤਾ, ਕੱਲ ਨੂੰ ਇਹ ਕਹਿ ਦੇਣਗੇ ਜੀ ਸਾਨੂੰ ਆਹ ਚੀਜ਼ ਦੇ ਕੇ ਫਾਜ਼ਿਲਕਾ ਹੋਰ ਤੇ ਵੀ ਕਲੇਮ ਛੱਡਾਂਗੇ। ਅਸੀਂ ਤੇ ਯਾਰ ਪਹਿਲਾਂ ਅਕਾਲੀ ਦਲ ਨੇ ਇਹ ਗਲਤੀ ਕੀਤੀ, ਪੰਜਾਬੀ ਸੂਬਾ ਬਣਾ ਕੇ 2.5 ਘੰਟੇ 'ਚ ਹੁਣ ਪਹੁੰਚ ਜਾਈਦਾ ਜਿੱਦਾਂ ਦੀਆਂ ਰੋਡ ਬਣ ਗਈਆਂ ਨੇ, ਇੱਕ ਬਾਰਡਰ ਤੋਂ ਚਲੋ ਦੂਜੇ ਬਾਰਡਰ ਤੇ ਪਹੁੰਚ ਜਾਈਦਾ ਪੰਜਾਬ ਦਾ। ਤੇ ਪ੍ਰਤਾਪ ਸਿੰਘ ਕਹਿਰੋਂ ਦੀ ਜਿਹੜੀ ਸੋਚ ਸੀ ਉਹ ਸੀਗੀ ਕਿ ਮੈਂ ਮਹਾ ਪੰਜਾਬ ਬਣਾਉਣਾ, ਕਹਿੰਦਾ ਮੈਂ ਤੇ ਕਾਂਗੜਾ ਵੀ ਲਵਾਂਗਾ, ਮੈਂ ਗੰਗਾ ਨਗਰ ਵੀ ਲਵਾਂਗਾ ਜੀ ਜੀ, ਤੇ ਅਸੀਂ ਤੇ ਅੱਗੇ ਨੂੰ ਜਾਣ ਨੂੰ ਫਿਰਦੇ ਹਾਂ, ਇਹ ਹੋਰ ਸਿਮਟ ਕੇ ਥੱਲੇ ਤੁਰੇ ਜਾਂਦੇ। ਚੋਣ ਵਾਲੇ ਸਮੇਂ 'ਚ ਰੰਧਾਵਾ ਸਾਹਿਬ, ਜੇ ਤੁਹਾਨੂੰ ਲੋੜ ਪਈ ਕਾਂਗਰਸ ਨੂੰ ਬਤੌਰ ਓਪੋਜੀਸ਼ਨ ਕਰੋਗੇ ਜੀ ਪ੍ਰੋਟੈਸਟ, ਜੇ ਇਸ ਤਰ੍ਹਾਂ ਦੀ ਕੋਈ ਰਾਜਧਾਨੀ ਦਾ ਪ੍ਰੋਟੈਸਟ ਸਾਡਾ ਇਹੀ ਸੀਗਾ, ਮੈਂ ਤੇ ਉਦੋਂ ਵੀ ਕਹਿੰਦੇ ਸੀਗੇ ਚੰਡੀਗੜ੍ਹ ਪੰਜਾਬ ਨੂੰ ਦੇ ਦੇਣਾ ਚਾਹੀਦਾ ਜਦੋਂ ਟੈਰਰਿਜ਼ਮ ਤੋਂ ਪਹਿਲਾਂ ਦੀ ਗੱਲ ਚੱਲ,
और बाद च चली लौंगोवाल जिहड़ा अकॉर्ड होया सी, बड़ी बदकिस्मती है अकॉर्ड इंप्लीमेंट नहीं होया। चलो ठीक है रंधावा साहब, बहुत बहुत शुक्रिया समा देने दे लई।